ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸਿਮਰਨ ਜੋਤ ਸਿੰਘ ਅਕਸਰ ਤੁਸੀਂ ਬਹੁਤ ਸਾਰੀਆਂ ਇੰਟਰਵਿਊਜ਼ ਦੇਖਦੇ ਹੋ ਜੋ ਕੀਤੀਆਂ ਜਾਂਦੀਆਂ ਔਰ ਤੁਹਾਨੂੰ ਬਾਅਦ ਦੇ ਵਿੱਚ ਲਾਈਵ ਦਿਖਾਈਆਂ ਜਾਂਦੀਆਂ ਪਰ ਇਸ ਵੇਲੇ ਜੋ ਇੰਟਰਵਿਊ ਤੁਸੀਂ ਦੇਖ ਰਹੇ ਹੋ ਬਿਲਕੁਲ ਲਾਈਵ ਸਾਡੇ ਨਾਲ ਸਰਬਜੀਤ ਕੌਰ ਮਾਨੁਕੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਲੀਡਰ ਤੇ ਡਿਪਟੀ ਲੀਡਰ ਆਫ ਆਪੋਜੀਸ਼ਨ ਮੌਜੂਦ ਨੇ ਸਸੀ ਕਾਲਜੀ ਬਹੁਤ ਬਹੁਤ ਸਵਾਗਤ ਹੈ ਸਸੀ ਕਾਲਜੀ ਦਿੱਲੀ ਪੋਸਟ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬាទ ਸਸੀ ਕਾਲਜ ਬਾਈ ਕੁਰਚੀ ਕਾ ਖਾਲਸਾ ਬਾਈ ਕੁਰਚੀ ਦਿੱਲੀ ਦੀ ਜਿੱਤ ਤੋਂ ਬਾਅਦ ਇਹ ਚਰਚੇ ਹੋ ਰਿਹਾ ਹੈ ਕਿ ਇਹਦਾ ਅਸਰ ਪੰਜਾਬ ਤੇ ਪਊਗਾ ਤੁਹਾਨੂੰ ਲੱਗਦਾ ਹੈ ਅਸਰ ਪੰਜਾਬ ਤੇ ਪੈਣ ਵਾਲਾ ਹੈ ਅਸਰ ਪੰਜਾਬ ਤੇ ਪੈ ਗਿਆ ਜੀ ਤੁਸੀਂ ਲੋਕਾਂ ਦਾ ਜਨੂਨ ਤੇ ਲੋਕਾਂ ਦਾ ਜਜ਼ਬਾ ਦੇਖੋ ਲੋਕਾਂ ਨੂੰ ਇੱਕ ਆਸ ਜਿਹੀ ਨਜ਼ਰ ਆ ਗਈ ਵੀ ਜੇ ਸਿਰਫ ਤੇ ਸਿਰਫ ਅੱਜ ਕੋਈ ਸਾਡੇ ਹਿੱਤਾਂ ਲਈ ਸੋਚਦਾ ਤਾਂ ਉਹ ਰਵਿੰਦ ਕੇਜਰੀ ਵਾਲੀ ਟੀਮ ਹੀ ਸੋਚ ਸਕਦੀ ਹੈ ਨੇ ਬੜੀਆਂ ਸਰਕਾਰਾਂ ਬੜੀਆਂ ਆਈਆਂ ਆ ਕਿ ਰਹੀ ਵੱਡੇ ਵੱਡੇ ਮੈਨੀਫੈਸਟੋ ਤੇ ਵਾਦੇ ਦਿਖਾਉਂਦੀਆਂ ਹੁਣ ਅੱਜ ਘਰ ਬੱਚੇ ਬੱਚੇ ਦੇ ਜਵਾਨ ਦੇ ਇੱਕੋ ਹੀ ਨਾਮ ਆ ਅਰਵਿੰਦ ਕੇਜੀ ਦੀ ਬਾਤੇ ਆ ਆਮ ਆਦਮੀ ਪਾਰਟੀ ਤੁਸੀਂ ਕੱਲ ਬਿਆਨ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਸਾਡੀ ਸਰਕਾਰ ਬਣਾਇਆ ਹੈ ਬਿਲਕੁਲ ਜੀ ਮੈਂ ਤਾਂ ਧੰਨਵਾਦ ਕਰੂੰਗੀ ਸਾਰੇ ਕੈਪਟਨ ਸਾਹਿਬ ਦਾ ਤੇ ਉਹਨਾਂ ਦੇ ਮੰਤਰੀ ਤਾਂ ਸਾਧੂ ਸਿੰਘ ਧਰਮਸੋਧ ਜੀ ਦਾ ਤੇ ਐਮ ਐਲ ਏ ਕੁਲਵੀਰ ਸਿੰਘ ਜੀਰਾ ਜੀ ਦਾ ਜਿਨ੍ਹਾਂ ਨੇ ਉੱਥੇ ਜਾ ਕੇ ਬਿਆਨ ਦਿੱਤਾ ਵੀ ਇੱਕ ਤਾਂ ਬਿਆਨ ਸਾਨੂੰ ਬੜਾ ਵਧੀਆ ਲੱਗਿਆ ਵੀ 11 ਲੱਖ ਨੌਕਰੀਆਂ ਹਮ 11 ਲੱਖ ਨੌਕਰੀਆਂ ਦੇ ਹਿਸਾਬ ਨਾਲ ਮੇਰੇ ਹਲਕੇ 'ਚ 10 ਕੁ ਹਜ਼ਾਰ ਨੌਕਰੀ ਉਹ ਮੈਂ ਤਾਂ ਆਪਣੇ ਲੋਕਾਂ ਨੂੰ ਵੀ ਕਹਤਾ ਵੀ ਭਾਈ ਜੇ ਮੈਂ ਕੁਝ ਗਲਤ ਬੋਲਦੀ ਆ ਤੁਸੀਂ ਵੀ ਦੱਸੋ ਤਾਂ 10000 ਕਿਹਨੂੰ ਮਿਲੀਆਂ 5500 ਸਮਾਰਟ ਸਕੂਲ 500 ਮੇਰੇ ਹਲਕੇ ਦੇ ਆ ਮੈਂ ਤਾਂ ਅੱਜ ਵੀ ਤੁਹਾਡੇ ਸਾਹਮਣੇ ਪਿੰਡਾਂ ਚੋਂ ਹੀ ਆਈ ਆ ਇੱਥੇ ਤਾਂ ਟੀਚਰਾਂ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਕੱਲੀ ਵੀ ਆਪ ਕਰਾ ਲਓ ਤੇ ਐਲਸੀਡੀ ਵੀ ਆਪ ਲਵਾ ਲਓ ਸਰਕਾਰੀ ਆਪਣੇ ਖਰਚੇ ਚੋਂ ਤੇ ਸਭ ਤੋਂ ਵੱਡੀ ਗੱਲ ਉਹ ਤੇ 2500 ਪੈਨਸ਼ਨ ਦੇ ਰਹੇ 750 ਵੀ ਇਹਨਾਂ ਨੇ 3-4 ਮਹੀਨੇ ਤੋਂ ਨਹੀਂ ਦਿੱਤੀ ਤੇ ਸਾਧੂ ਸਿੰਘ ਧਰਮ ਸੋਜੀ ਕਹਿੰਦੇ ਵੀ ਮੈਂ ਤਾਂ smartphone ਦੇ ਦੇਣੇ ਆਰਵਿੰਦ ਕੇ ਜੀਵਾਨ ਨੇ ਕੀ ਦੇਣਾ ਉਹ ਕੋਈ ਤੁਹਾਡੇ ਵਰਗਾ ਪੈਸਪੋਰਟ ਪੁੱਛਦਾ ਜੀ ਕਦੋਂ ਕਹਿੰਦੇ ਜੀ ਫਟਾਫਟ ਉਹ 3 ਸਾਲ ਤੋਂ ਫਟਾਫਟ ਹੀ ਨਹੀਂ ਹੋਈ ਤੇ ਉਸ ਤੋਂ ਬਾਅਦ ਸਰਦਾਰ ਕਲਵੀਰ ਸਿੰਘ ਜੀਰਾ ਜੀ ਕਹਿ ਰਹੇ ਆ ਕਹਿੰਦੇ ਵੀ ਸੋਚਣਾ ਚਾਹੀਦਾ ਇਹਨਾਂ ਨੂੰ ਵੀ ਸਾਡੇ ਮੁੱਖ ਮੰਤਰੀ ਤੋਂ ਕੁਝ ਸਿੱਖਣਾ ਚਾਹੀਦਾ ਆਰਵਿੰਦ ਕੇਰੀਵਾਲ ਜੀ ਨੂੰ ਕਿਉਂਕਿ ਉਹ ਤਾਂ ਜਹਾਜ਼ ਤੌਰਿੰਦ ਕੇਰੀਵਾਲ ਤਾਂ ਨਹੀਂ ਨਹੀਂ ਉਤਰਦਾ ਤੇ ਅੱਜ ਤੱਕ ਕਹਿੰਦੇ ਉਹਨੇ ਕਦੇ ਗਰਾਊਂਡ 'ਚ ਜਾ ਕੇ ਲੋਕਾਂ ਨੂੰ ਸੁਣਿਆ ਨਹੀਂ ਮੈਨੂੰ ਲੱਗਦਾ ਵੀ ਉਹ ਫੀਲਿੰਗ ਲੱਗੇ ਸੀ ਆਪਦੇ ਮੁੱਖ ਮੰਤਰੀ ਵਾਲੇ ਵੀ ਸਾਡਾ ਮੁੱਖ ਮੰਤਰੀ ਕਦੇ ਜਹਾਜ਼ ਤੋਂ ਨਹੀਂ ਉਤਰਦਾ ਇਹਦੇ ਕੋਲੇ ਕੋਈ ਜਹਾਜ਼ ਉਹਨਾਂ ਨੂੰ ਪਤਾ ਹੀ ਨਹੀਂ ਵੀ ਜਿਹੜੀ 2017 ਵਿੱਚ ਵੈਗਨਰ ਸੀ ਉਹੀ ਉਹਨਾਂ ਕੋਲੇ ਐਜਰਜੀ ਤੇ ਘੁੰਮਦੇ ਆ ਉਹ ਤਾਂ ਮੈਟਰੋ ਤਾਂ ਵੀ ਜਾਂਦੇ ਆ ਲੋਕਾਂ ਨੇ ਦੇਖੋ ਇੱਕ ਸਮੱਸਿਆ ਤਾਂ ਹੈ ਸੋਸ਼ਲ ਮੀਡੀਆ ਦਾ ਚੁੱਕ ਹੈ ਉਹਨਾਂ ਨੇ ਦਿੱਲੀ ਤੋਂ ਕਿੰਨੀ ਅੱਗੇ ਹੁੰਦਾ ਸੀ ਜਦੋਂ ਟ੍ਰੇਨ ਚੜ੍ਹੇ 12 13 ਘੰਟੇ ਚੱਕਰ ਦਾ ਮੈਸੇਜ ਜਾਂਦਾ ਸੀ ਜਦੋਂ ਇੱਕਦਮ ਸੋਸ਼ਲ ਮੀਡੀਆ ਤੇ ਗੱਲ ਆਈ ਲੋਕਾਂ ਨੇ ਹਰ ਇੱਕ ਦੇ ਕਿਸੇ ਦੇ ਦਿੱਲੀ ਰਿਸ਼ਤੇਦਾਰਾ ਕਿਸੇ ਦੇ ਪੰਜਾਬ ਚ ਉਹਨਾਂ ਨੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਹੁਣੇ ਝੂਠ ਬੋਲ ਨਹੀਂ ਚਾਹਦੇ ਆ ਕੱਲ ਕਿੱਥੇ 400 ਯੂਨਿਟ ਬਿਜਲੀ ਫ੍ਰੀ ਕਰ ਦੇਣਗੇ ਜਿਹੜਾ ਇਹਨਾਂ ਨੇ ਕਿਹਾ ਮੈਂ ਲੋਕਾਂ ਨੂੰ ਦੇ ਰਿਆਂ ਉਹਨਾਂ ਨੇ ਅਰਵਿੰਦ ਜੀ ਨੇ 30 ਲੱਖ ਪਰਿਵਾਰਾਂ ਦਾ ਪੂਰਾ ਡਾਟਾ ਕੱਢ ਕੇ ਰੱਖਤਾ ਵੀ ਆ ਚੱਕੋ ਜੀ 30 ਲੱਖ ਪਰਿਵਾਰਾਂ ਦਾ ਡਾਟਾ ਜਿਸ ਨੂੰ ਮੈਂ ਬਿਜਲੀ ਸੀਐਮ ਸਾਹਿਬ ਦਾ ਕੈਟੇਗੋਰਿਕਲ ਬਿਆਨ ਆਇਆ ਕਿ ਝੂਠ ਬੋਲ ਰਿਹਾ ਅਰਵਿੰਦ ਕੇਜਰੀਵਾਲ ਬਿਜਲੀ ਦੇ ਨਾਂ ਤੇ ਉੱਤੇ 30 ਲੱਖ ਪਰਿਵਾਰਾਂ ਦਾ ਡਾਟਾ ਜੀ ਉਹਨਾਂ ਕੋਲੇ ਜਿਨ੍ਹਾਂ ਨੇ ਲੋਕ ਬੋਲ ਰਹੇ ਮੇਰਾ 10 ਰੁਪਏ ਜਿਹਦੇ ਨਾਲ ਬਣਿਆ ਕੀਦੀਵਾਲਜੀ ਨੂੰ ਠੀਕ ਹੈ ਜਿਹਦੇ ਨਾਲ ਲੋਕਾਂ ਨੇ ਇਹ ਕਹਿੰਦੇ ਜੀ 400 ਯੂਨਿਟ ਅਸੀਂ ਲੋਕਾਂ ਨੂੰ ਫ੍ਰੀ ਦੇ ਰਹੇ ਆ ਮੈਂ ਤਾਂ ਇੱਕ ਗੱਲ ਕਹਿਣੀ ਆ ਤੇ ਚਲੋ ਸ਼ਾਇਦ ਐਮਐਲਏ ਹੋਣ ਦੇ ਨਾਤੇ ਵਿਰੋਧੀ ਧਰਮੂਨ ਦੇ ਨਾਤੇ ਸਾਡੇ ਦਿਮਾਗ 'ਚ ਗੱਲ ਆਈ ਹੋਵੇ ਤੁਸੀਂ ਵੀ ਆਪਦਾ ਡਾਟਾ ਜਨਤਕ ਕਰ ਦਿਓ ਪਰ ਤੁਹਾਨੂੰ ਲੱਗਦਾ ਹੈ ਕਿ ਉਸ ਮਾਡਲ ਨੂੰ ਤੁਸੀਂ ਪੰਜਾਬ 'ਚ ਹੁਣ ਲੈ ਕੇ ਆਓਗੇ ਕਿ ਤੁਸੀਂ ਪੰਜਾਬ 'ਚ ਵੀ ਆ ਕੇ ਕਹੋਗੇ ਕਿ ਅਸੀਂ ਬਿਜਲੀ ਸਸਤੀ ਕਰਾਂਗੇ ਬਿਜਲੀ ਮੁਫਤ ਕਰਾਂਗੇ ਪਾਣੀ ਮੁਫਤ ਕਰਾਂਗੇ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਅਸੀਂ ਮੁਫਤ ਦੇ ਰਹੇ ਸੀ ਉਹਦੇ ਤੇ ਸਵਾਲ ਉੱਠਦੇ ਕਿ ਪੋਪੁਲਿਸਟ ਵਾਅਦੇ ਹੁੰਦੇ ਆ ਅਕਾਲੀ ਦਲ ਤੇ ਬੜੇ ਸਵਾਲ ਉੱਠੇ ਕਿ ਅਕਾਲੀ ਦਲ ਨੇ ਕਿਸਾਨਾਂ ਨੂੰ ਆਦਤ ਪਾਤੀ ਚੀਜ਼ਾਂ ਫ੍ਰੀ ਲੈਣ ਦੀ ਹੁਣ ਤੁਹਾਡੇ ਤੇ ਸਵਾਲ ਹੈ ਕਿ ਦਿੱਲੀ 'ਚ ਤੁਸੀਂ ਆਦਤ ਪਾਤੀ ਬੀਜੇਪੀ ਹੁਣ ਕਹਿ ਰਹੀ ਹੈ ਕਿ ਫ੍ਰੀ ਵਾਲਾ ਦੌਰ ਹੈ ਕਿ ਫ੍ਰੀ ਫ੍ਰੀ ਕਹਿ ਕੇ ਤੇ ਵੋਟਾਂ ਦੁਆਰਾ ਲੈ ਦੇਖੋ ਜੀ ਜੀਐਸਟੀ ਦਾ ਮਤਲਬ ਆ ਵਨ ਟੈਕਸ ਵਨ ਨੇਸ਼ਨ ਉਹ ਤਾਂ ਮੋਦੇ ਵਿੱਚ ਫੋਰਨ ਦੀ ਤਰਜ਼ ਤੇ ਕੈਨੇਡਾ ਅਮਰੀਕਾ ਦੀ ਤਰਜ਼ ਦੇ ਉਥੇ ਐਜੂਕੇਸ਼ਨ ਵੀ ਫ੍ਰੀ ਦੇਣੀ ਉਸੇ ਟੈਕਸ ਦੇ ਅੰਡਰ ਹੁੰਦੀ ਹੈ ਤੇ ਸਿੱਖਿਆ ਵੀ ਉਥੇ ਸਿਹਤ ਵੀ ਉਥੋ ਹੀ ਦੇਣੀ ਹੁੰਦੀ ਹੈ ਤੇ ਲੋਕਾਂ ਨੂੰ ਜਿਹੜੀਆਂ ਸੁਰੱਖਿਆ ਨੇ ਸੁਵਿਧਾਵਾਂ ਉਸੇ ਦੇ ਅੰਡਰ ਦੇਣੀਆਂ ਹੁੰਦੀਆਂ ਸਾਡੀਆਂ ਸਰਕਾਰਾਂ ਜੀਐਸਟੀ ਲੈਂਦੀਆਂ ਪੂਰਾ ਤੁਹਾਡੇ ਤੁਹਾਨੂੰ ਵੀ ਤੁਹਾਡੇ ਤੋਂ ਵੀ ਮੇਰੇ ਤੋਂ ਵੀ ਪੈਸੇ ਲੈਂਦੀਆਂ ਉਹ ਨਹੀਂ ਅਸਾਂ ਜਿੱਥੇ ਰੋਟੀ ਵੀ ਖਾਂਗੇ ਉੱਤੇ ਵੀ ਜੀਐਸਟੀ ਲੱਗੀ ਆ ਜਾਂਦੀ ਹੈ ਪਰ ਉਹਦੇ ਬਦਲੇ ਸਾਨੂੰ ਦਿੰਦੀਆਂ ਨਹੀਂ ਕੁਝ ਅਰਵਿੰਦ ਕੇਜੀ ਦਿਵਾਲ ਜੀ ਨੇ ਉਸੇ ਤਰਜ਼ ਤੇ ਜੇ ਕ ਰਾਸ਼ਟਰਪਤੀ ਤੇ ਚਪੜਾਸੀ ਦੇ ਬੱਚੇ ਨੂੰ ਇੱਕੋ ਸਕੂਲ ਚ ਪੜਨ ਜੋਗਾ ਕਰਤਾ ਸਕੂਲਾਂ ਦੀ ਹਾਲਤ ਸਰਕਾਰ ਸੁਧਾਰ ਕੇ ਜੇ ਕਿਸੇ ਹਾਈ ਲੈਵਲ ਜਾਂ ਗਰੀਬ ਘਰ ਨੂੰ ਵੀ ਇੱਕੋ ਜਗ੍ਹਾ ਤੋਂ ਦਵਾਈ ਲੈਣ ਲਾਤਾ 200 ਤਰ੍ਹਾਂ ਦੇ ਟੈਸਟ ਫ੍ਰੀ ਕਰਤੇ ਪਰ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਉਹਨਾਂ ਨੇ ਲੋਕਾਂ ਦਾ ਹੀ ਸੋਚਿਆ ਉਹਨੇ ਕਿਹਾ ਆਪਣੇ ਲਈ ਬਹੁਤ ਵੱਡਾ ਪਰ ਮੇਰਾ ਸਵਾਲ ਉਹੀ ਕਿ ਕੀ ਪੰਜਾਬ 'ਚ ਲੈ ਕੇ ਆਓਗੇ ਤੁਸੀਂ ਅਗਲੀ ਵਾਰੀ ਹੁਣ ਪੰਜਾਬ ਦੇ ਲੋਕਾਂ ਦੇ ਮੂਹਰੇ ਆਓਗੇ ਜਦੋਂ ਕੀ ਪੰਜਾਬ ਨੂੰ ਵੀ ਕਹੋਗੇ ਕਿ ਅਸੀਂ ਮੁਹੱਲਾ ਕਲੀਨਿਕ ਇੱਥੇ ਲੈ ਕੇ ਆਵਾਂਗੇ ਅਸੀਂ ਇੱਥੋਂ ਦੇ ਸਕੂਲ ਵੀ ਉਹੋ ਜਿਹੇ ਕੈਪਟਨ ਸਾਹਿਬ ਦਾ ਕਹਿੰਦੇ 5500 ਸਮਾਰਟ ਸਕੂਲ ਉਹ ਵੀ ਦੇਖਣੇ ਪੈਣੇ ਆ ਜਾ ਕੇ ਵੀ ਕਿਹੜੇ ਕਿਹੜੇ ਤੇ ਕਹਿੰਦੇ ਕਿ ਇਹਨੂੰ ਇੱਕ ਸਮਾਰਟ ਸਕੂਲ ਪਰ ਉਹ ਉਹ ਜਿਹੜਾ ਮਾਡਲ ਇੱਥੇ ਲੈ ਕੇ ਆਓਗੇ ਤੁਸੀਂ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਜ਼ਰੂਰਤ ਹੈ ਇਹ ਚੀਜ਼ਾਂ ਸਾਨੂੰ ਇੱਕ ਵਾਰੀ ਅਸੀਂ ਲੈ ਕੇ ਕੀ ਆਵਾਂਗੇ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦੇ ਦੇਣ ਪੰਜਾਬ ਦੇ ਲੋਕ ਅਸੀਂ ਕਰਕੇ ਦਿਖਾਵਾਂਗੇ ਇੱਥੇ ਪਰ ਤੁਹਾਨੂੰ ਪਹਿਲਾਂ ਦੱਸਣਾ ਤਾਂ ਪਊ ਨਾ ਕਿ ਕੀ ਕੀ ਕਰੋਗੇ ਕਿਉਂਕਿ ਪਿਛਲੀ ਵਾਰੀ ਜੋ ਕਿਹਾ ਸੀਗਾ ਲੋਕਾਂ ਨੇ ਨਹੀਂ ਚੁਣਿਆ ਤੁਹਾਨੂੰ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਿਆ ਹੋਣਾ ਵੀ ਨਵੇਂ ਐ ਇਹਨਾਂ ਨੂੰ ਐਕਸਪੀਰੀਅੰਸ ਹੋ ਜਾਂਦਾ ਹੋਣਾ ਉਹਨਾਂ ਨੇ ਸਾਡੀ ਵਿਧਾਨ ਸਭਾ ਦੇ ਵਿੱਚ ਹਾਈਐਸਟ ਕੁਐਸਚਨ ਦੀ ਰੇਟਿੰਗ ਦੇਖ ਲਈ ਮੁੱਦੇ ਚੱਕਣ ਦਾ ਢੰਗ ਦੇਖ ਲਿਆ ਤੇ ਸਾਡੇ 1 ਐਮਐਲਏ ਤੇ ਵੀ ਕਿਸੇ ਤਰ੍ਹਾਂ ਦਾ ਕੋਈ ਸਿੰਗਲ ਇਲਜ਼ਾਮ ਹੈ ਨਹੀਂ ਇਮਾਨਦਾਰੀ ਨਾਲ ਲੋਕਾਂ ਨੇ ਲਈ ਕੰਮ ਕਰਨ ਦੀ ਨੀਅਤ ਆ ਉਹ ਸਨੀਅਤ ਦੇ ਦਰਤੇ ਤੇ ਸਾਡੇ ਨੈਸ਼ਨਲ ਲੀਡਰ ਨੇ ਕੰਮ ਕਰਕੇ ਦਿਖਾਤਾ ਭਗਵੰਤ ਮਾਨ ਜੀ ਆਪਣੇ ਏਰੀਆ ਚ ਉਸੇ ਤਰ੍ਹਾਂ ਕੰਮ ਕਰਦੇ ਜਾ ਰਹੇ ਆ ਸਾਡੇ ਜਿਹੜੇ ਇੱਥੋਂ ਦੇ ਲੀਡਰਸ ਆ ਉਹਨਾਂ ਦੀ ਛਵੀ ਵੀ ਸਾਫ਼ ਹੈ ਤੇ ਦੂਸਰੀ ਗੱਲ ਸਾਡੇ ਕੋਲ ਤਾਂ ਮਾਡਲਸ ਬਣੇ ਪਏ ਆ ਲੀਡਰ ਤਾਂ ਛੱਡ ਛੱਡ ਕੇ ਵੀ ਜਾਂਦੇ ਰਹੇ ਤੁਹਾਨੂੰ ਕਾਂਗਰਸ ਵੀ ਸ਼ਾਮਿਲ ਹੋ ਗਈ ਮੇਰੀ ਗੱਲ ਸੁਣੋ ਜਿਹੜੇ ਹੋਗੇ ਤੇ ਉਹਨਾਂ ਦਾ ਹਸ਼ਰ ਵੀ ਦੇਖ ਲਓ ਫਿਰ ਅੱਜ ਮੈਂ ਕੀ ਕਹਾਂ ਉਹਨਾਂ ਨੂੰ ਆਪ ਦੇਖੋ ਜਿਕੇ ਅਪਰਚੂਨਿਸਟ ਲੋਕ ਤਾਂ ਹਰ ਜਗ੍ਹਾ ਤੇ ਹੰਦੇ ਗੱਲ ਤੁਹਾਨੂੰ ਫੋਨ ਨਹੀਂ ਆਇਆ ਇਸ ਇਹ ਰਿਜ਼ਲਟ ਤੋਂ ਬਾਅਦ ਵੀ ਅਸੀਂ ਵਾਪਸ ਆ ਜੰਨੇ ਆ ਜੀ ਕੋ ਦੇਖੋ ਜੀ ਹਰ ਕੋਈ ਚਾਹੁੰਦਾ ਵੀ ਜਿੱਧਰ ਚੜਦਾ ਸੂਰਜ ਹੋਵੇ ਉਧਰ ਸਲਾਮ ਹੋਵੇ ਹੁਣ ਆਮ ਆਦਮੀ ਪਾਰਟੀ ਦਾ ਸੂਰਜ ਪੂਰੀ ਚੜ੍ਹਾਈ ਵੱਲ ਹੈ ਹੁਣ ਤਾਂ ਹਰ ਕੋਈ ਕੋਸ਼ਿਸ਼ ਕਰੇਗਾ ਵੀ ਆਪਾਂ ਚੱਲੀਏ ਪਰ ਜ਼ਰੂਰਤ ਇਹ ਆ ਵੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਇਤਨਾ ਲੋਕਾਂ ਦੀ ਜ਼ਰੂਰਤਾਂ ਜੁੜੇ ਹੋਏ ਲੋਕ ਆਣ। ਪਰ ਵਿੱਚੋਂ ਜੇ ਤੋਂ ਤੁਹਾਡੇ ਤੇ ਹੱਸਦੇ ਸੀ ਨਾ ਕਿ ਹੁਣ ਪਾਰਟੀ ਖਤਮ ਹੋ ਗਈ ਕੁਝ ਰਹਿ ਨਹੀਂ ਗਿਆ। ਖੈਰਾ ਸਾਹਿਬ ਸੱਤ ਅੱਠ ਬੰਦੇ ਲੈ ਕੇ ਤੁਰ ਗਏ ਸੀਗੇ। ਹੌਲੀ ਹੌਲੀ ਬਾਕੀ ਵੀ ਜਾਣ ਲੱਗ ਗਏ। ਤੁਹਾਡੇ ਵੀ ਦਿਲ ਚ ਆਇਆ ਹੋਣਾ ਉਦੋਂ ਵੀ ਪਤਾ ਨਹੀਂ ਇੱਥੇ ਬਣੇ ਰਹੀਏ ਕਿ ਰਹਿੰਦੀਏ। ਦੇਖੋ ਜੀ ਅਰਵਿੰਦ ਕੇਜੀਵਾਲ ਜੀ ਨੇ ਆਮ ਆਦਮੀ ਪਾਰਟੀ ਨੇ ਇੱਕ ਟੀਚਰ ਨੂੰ ਐਮਐਲਏ ਬਣਾਤਾ। ਤੇ ਪਾਰਟੀ ਨੇ ਐਡਾ ਲੋਕਾਂ ਨੇ ਐਡਾ ਮੰਨ ਦਿੱਤਾ ਕਿ ਮੈਨੂੰ 25575 ਵੋਟਾਂ ਨੇ ਜਿਤਾਇਆ। ਪਾਰਟੀ ਨੇ ਇਹਦਾ ਮਾਨ ਦਿੱਤਾ ਕਿ ਮੈਂ ਜਿਹੜੀ ਕਦੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦੀ ਨਹੀਂ ਸੀ ਸੋਚ ਸਕਦੀ ਉਹਨਾਂ ਨੇ ਮੈਨੂੰ ਡਿਪਟੀ ਲੀਡਰ ਆਫ oppositon ਬਣਾਤਾ ਹੁਣ ਮੈਨੂੰ ਕੀ ਚਾਹੀਦਾ ਇਹ ਜਿਹਨੇ ਇਸ ਤੋਂ ਵੱਡੀਆਂ ਆਸ਼ਾਵਾ ਜਾਂ ਕੁਝ ਕਹੀਏ ਤਾਂ ਮੇਰੇ ਖਿਆਲ ਚ ਤਾਂ ਮੈਂ ਅਕਰਿਤਕਾ ਨਹੀਂ ਹੋਵਾਂਗੀ ਜੀ ਭਗਵੰਤ ਮਾਨ ਤੋਂ ਇਲਾਵਾ ਹੋਰ ਕੋਈ ਨਾਂ ਕਦੇ ਨਹੀਂ ਲੈਂਦੇ ਤੁਸੀਂ ਤੁਸੀਂ ਵੀ ਕੱਲ ਚੀਮਾ ਸਾਹਿਬ ਦੀ ਮੈਂ ਇੰਟਰਵਿਊ ਕੀਤੀ ਉਹਨਾਂ ਨੇ ਵੀ ਦੋ ਤਿੰਨ ਵਾਰੀ ਭਗਵੰਤ ਮਾਨ ਦਾ ਨਾਂ ਲਿਆ ਕੀ ਭਗਵੰਤ ਮਾਨ ਅਗਲੇ ਚਿਹਰੇ ਹੋ ਸਕਦੇ ਥੋਡੇ ਦੇਖੋ ਜੀ ਪੰਜਾਬ ਨਹੀਂ ਜਦੋਂ ਭਾਰਤ ਦੇ ਵਿੱਚ ਰਾਜਨੀਤੀ ਦੀ ਬਦਲੀ ਸੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜੀਵਾਲ ਜੀ ਦੀ ਟੀਮ ਸੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਗਾਉਣ ਵਾਲਾ ਭਗਵੰਤ ਮਾਨ ਹੈ ਜੇ ਤੁਸੀਂ ਵੀ ਇਸ ਗੱਲ ਨੂੰ ਦੂਰਅੰਦੇਸ਼ ਨਹੀਂ ਕਰ ਸਕਦੇ ਉਸ ਤੋਂ ਬਾਅਦ ਬੜੇ ਜੋ ਲੋਕ ਆਏ ਇਸ ਕਰਕੇ ਅਸੀਂ ਵੀ ਸਾਰੇ ਉਹਨਾਂ ਦੀ ਸੋਚ ਨੂੰ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਨਾਲ ਜੁੜੇ ਆ ਭਗਵੰਤ ਮਾਨ ਸਾਡਾ ਲੀਡਰ ਹੈ ਤੇ ਰਹੇਗਾ ਸੀਐਮ ਸੀਐਮ ਦੇ ਅਹੁਦੇਦਾਰ ਹੈਗੇ ਕਿ ਨਹੀਂ ਚਿਹਰਾ ਹੈਗੇ ਇਹਦੇ ਤਾਂ ਕੋਈ ਦੋ ਰਾਏ ਹੀ ਹੈ ਨਹੀਂ ਜੀ ਸੀਐਮ ਦੇ ਅਹੁਦੇਦਾਰ ਹੈਗੇ ਆ ਜਾਂ ਨਹੀਂ ਹੈਗੇ ਭਗਵੰਤ ਮਾਨ ਲੋਕਾਂ ਦੇ ਹਿੱਤਾਂ ਨਾਲ ਲੜਨਗੇ ਤੁਸੀਂ ਹੁਣ ਇਹ ਕਹਿ ਰਹੇ ਹੋ ਕਿ 2022 ਚ ਭਗਵੰਤ ਮਾਨ ਤੁਹਾਡੇ ਕੈਂਡੀਡੇਟ ਹੋਣਗੇ ਸੀਐਮ ਦੇ ਚਿਹਰਾ ਲੈ ਕੇ ਆਉਂਗੇ ਤੁਸੀਂ ਬਿਲਕੁਲ ਜੀ ਭਗਵੰਤ ਮਾਨ ਜੀ ਆ ਸਾਡੇ ਲੀਡਰ ਹੈ ਉਹ ਆਪ ਆਉਣ ਜਾਂ ਕਿਸੇ ਵਧੀਆ ਚਿਹਰੇ ਨੂੰ ਦੇਣ ਇਹ ਉਹਨਾਂ ਦੇ ਪੂਰੀ ਅਸੀਂ ਸਾਰੇ ਐਮਐਲਏਜ਼ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਦੀ ਗੱਲ ਮੰਨਾਂਗੇ ਪਰ ਕੱਲ ਤੋਂ ਤਾਂ ਚਰਚਾ ਹੈ ਕਿ ਨਵਜੋਤ ਸਿੱਧੂ ਨਾਲ ਗੱਲਬਾਤ ਹੋ ਰਹੀ ਹੈ ਕਿਤੇ ਨਾ ਕਿਤੇ ਅੰਦਰਲੇ ਪਾਸੇ ਉਹ ਖਿਚੜੀ ਪੱਕ ਰਹੀ ਹੈ ਤੇ ਫਿਰ ਸਿੱਧੂ ਸਾਹਿਬ ਆ ਗਏ ਤਾਂ ਫਿਰ ਕੀ ਕਿਵੇਂ ਕਹਾਣੀ ਫਿੱਟ ਬੈਠੂ ਕੋਈ ਗੱਲ ਨਹੀਂ ਸਿੱਧੂ ਤੇ ਭਗਵੰਤ ਭਰਾ ਵਾ ਅਸੀਂ ਤਾਂ ਉਹਨਾਂ ਦੇ ਨਾਲ ਹੀ ਚੱਲਣਾ ਸਾਡੀ ਪੰਜਾਬ ਦੇ ਇਤਾਂ ਲਈ ਪੰਜਾਬ ਦੇ ਲੋਕਾਂ ਲਈ ਜਿਹੜਾ ਲੜਨ ਵਾਲਾ ਕੋਈ ਬੰਦਾ ਅਸੀਂ ਉਹਦੇ ਨਾਲ ਚੱਲਣ ਦੇ ਹੈ ਪੋਸਿਬਿਲਿਟੀ ਕਿੱਥੇ ਖੜੀ ਹੈ ਕਹਾਣੀ ਨਵਜੋਤ ਸਿੱਧੂ ਦਾ ਸਟੇਟਸ ਕੀ ਹੈ ਜੀ ਅੱਜ ਕੱਲ ਨੂੰ ਤੁਹਾਨੂੰ ਕੋਰ ਕਮੇਟੀ ਦੀ ਮੀਟਿੰਗ ਹੋਏਗੀ ਅਸੀਂ ਜ਼ਰੂਰ ਦੱਸਾਂਗੇ ਉਹਦੇ ਵਿੱਚ ਸਾਰੀ ਡਿਸਕਸ਼ਨ ਹੋਏਗੀ ਤੁਹਾਨੂੰ ਵੀ ਦੱਸਾਂਗੇ ਉੱਥੇ ਇਹ ਚਰਚਾ ਹੋ ਰਹੀ ਹੈ ਪਰ ਪਾਰਟੀ ਦੀ ਬਿਲਕੁਲ ਬਿਲਕੁਲ ਇਹ ਚਰਚਾਵਾਂ ਹੋ ਰਹੀਆਂ ਪਰ ਕੀ ਹੈ ਸੱਚ ਹੈ ਕਿ ਦਿੱਲੀ ਜਿੱਤ ਦੇ ਸਾਰੀ ਕੇਜਰੀਵਾਲ ਸਾਹਿਬ ਨੇ ਪੰਜਾਬ ਦੀ ਗੱਲ ਕੀਤੀ ਜਿਵੇਂ ਭਗਵੰਤ ਨੇ ਕਿਹਾ ਕਿ ਦੋ ਰੈਲੀਆਂ ਪੰਜਾਬ ਵਿੱਚ ਕਰਨਗੇ ਉਹ ਵੱਡੀਆਂ ਹੋ ਸਕਦਾ ਛੇਤੀ ਜਗਰਾਉਂ ਚ ਵੀ ਕਰਵਾਈਏ ਕਿਉਂਕਿ ਹਰ ਬੰਦਾ ਚਾਹੁੰਦਾ ਵੀ ਸਾਡਾ ਲੀਡਰ ਸਾਡੇ ਕੋਲੇ ਪਹੁੰਚੇ ਠੀਕ ਹੈ ਉਹਦੇ ਚ ਇੱਕ ਜਗਰਾਉਂ ਚਾ ਲੁਧਿਆਣਾ ਵੀ ਉਹਨਾਂ ਦਾ ਇੱਕ 파ਟ ਹੈ ਉਹਨਾਂ ਦਾ ਜਿਹੜੀ ਗੱਲ ਭਗਵੰਤ ਰਵਿੰਜੀ ਨੇ ਦਿੱਲੀ ਜਿੱਤੰਦਵਾਰ ਪੰਜਾਬ ਦੇ ਲਈ ਕੀਤੀ ਹੈ ਕਿਉਂਕਿ ਪੰਜਾਬ ਨੇ ਆਮ ਆਦਮੀ ਪਾਰਟੀ ਤੇ ਪੈਰਲਾਈਜ਼ ਸੀ 4 ਐਮਪੀ ਜਿਤਾ ਕੇ ਦਿੱਤੇ ਸੀ ਪੰਜਾਬ ਦਾ ਕਰਜ਼ ਆਮ ਆਦਮੀ ਪਾਰਟੀ ਦੇ ਸਿਰ ਤੇ ਹਮੇਸ਼ਾ ਰਹੇਗਾ ਉਹ ਸਾਰਾ ਪੰਜਾਬ ਦੁਖੀ ਵੀ ਬਹੁਤ ਹੈ ਜੇ ਆਪਣਾ ਇੱਕ 파ਟ ਦੁਖੀ ਹੋਵੇ ਤੇ ਦੂਸਰਾ 파ਟ ਖੁਸ਼ੀ ਨਹੀਂ ਰਹਿ ਸਕਦਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਵਧੀਆ ਸਿਹਤ ਸੁਵਿਧਾ ਸਿੱਖਿਆ ਦਿੱਤੀ ਆ ਉਸ ਟਾਈਮ ਉਸ ਤਰ੍ਹਾਂ ਅਸੀਂ ਪੰਜਾਬ 'ਚ ਵੀ ਲੈ ਜਿਹੜੇ ਰੁਸ ਕੇ ਗਏ ਉਹ ਕਹਿੰਦੇ ਕਿ ਦਿੱਲੀ ਜਾਓ ਤਾਂ ਕਦਰ ਹੀ ਨਹੀਂ ਹੁੰਦੀ ਪੰਜਾਬ ਵਾਲਿਆਂ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ ਕੀ ਕਦਰ ਹੋਣੀ ਚਾਹੀਦੀ ਆ ਦੇਖੋ ਇੱਕ ਆਪਾਂ ਜੇ ਗੱਲ ਕਰੀਏ ਦਿੱਲੀ ਜਾਓ ਤੱਕ ਕਦਰ ਹੋਣੀ ਚਾਹੀਦੀ ਮੈਨੂੰ ਤਾਂ ਕਦੇ ਨਹੀਂ ਐਸਾ ਲੱਗਿਆ ਆਪਾਂ ਕਈ ਵਾਰੀ ਕਿਸੇ ਦੇ ਮੈਰਿਜ ਫੰਕਸ਼ਨ 'ਚ ਵੀ ਜਾਂਦੇ ਆ ਉੱਥੇ ਘਰ ਵਾਲਿਆਂ ਤੋਂ ਬੰਦਾ ਥੋੜਾ ਟਾਈਮ ਘੱਟ ਐਟੈਂਡ ਹੁੰਦਾ ਤੇ ਆਪਾਂ ਉੱਥੇ ਵੀ ਤਾਂ ਅਡਜਸਟ ਕਰਦੇ ਆ ਇਹ ਤਾਂ ਕੋਈ ਹੈ ਨਹੀਂ ਬਈ ਜਿਹੜਾ ਦੂਲਾ ਉਹ ਨਹੀਂ ਉੱਠ ਕੇ ਆ ਕੇ ਸੱਸੀ ਕਾਲ ਬੁਲਾਉਣੀ ਆ ਬਾਕੀ ਵੀ ਤਾਂ ਹੈਗੇ ਆ ਪੂਰਾ ਐਸਾ ਕਦੇ ਸਾਨੂੰ ਤਾਂ ਜਿੰਨੇ ਲੱਗਿਆ ਪੰਜਾਬ ਦੀ ਲੋੜ ਕੀ ਐ ਹੁਣ ਹੁਣ ਵਾਲੀ ਸਰਕਾਰ ਤਾਂ ਕਹਿੰਦੀ ਕਿ ਸਾਡੇ ਤੋਂ ਵਧੀਆ ਨਾ ਕਦੇ ਕੰਮ ਹੋਇਆ ਤੇ ਨਾ ਹੀ ਕਿਸੇ ਨੇ ਕਰਨਾ ਪੰਜਾਬ ਦੀ ਸਰਕਾਰ ਨੂੰ ਇੱਕੋ ਹੀ ਗੱਲ ਦੱਸ ਦੋ ਤੁਹਾਡੇ ਹੁੰਦੇ ਆ ਕੰਮ ਕੀ ਹੋਇਆ ਜਿਹੜੇ ਤੁਸੀਂ ਕਹਿੰਦੇ ਤਾਂ ਇੱਕ ਪਾਸੇ ਤਾਂ ਆਪਣੇ ਐਫਐਮ ਸਾਹਿਬ ਤਾਂ ਕਹਿ ਦਿੰਦੇ ਆ ਵੀ ਸਾਨੂੰ ਸਾਰੇ ਡਿਵੈਲਪਮੈਂਟ ਕੰਮ ਰੋਕ ਦਿਓ ਕਿਉਂਕਿ ਖਜ਼ਾਨਾ ਖਾਲੀ ਆ ਥੋੜੇ ਜਿਹੇ ਦਿਨਾਂ ਬਾਅਦ 15 ਦਿਨਾਂ ਬਾਅਦ ਸੀਐਮ ਸਾਹਿਬ ਮੀਟਿੰਗ ਬੁਲਾ ਲੈਂਦੇ ਆ ਸਾਰੇ ਐਮਐਲਏ ਦੀ ਵੀ ਤੁਸੀਂ ਦੱਸੋ ਜੀ ਕਿੰਨੇ ਕਿੰਨੇ ਕਰੋੜਾਂ ਦੇ ਫੰਡ ਤੁਹਾਨੂੰ ਚਾਹੀਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਾਂ ਤਾਂ ਆਪਣੇ ਸੀਐਮ ਤੇ ਐਫਐਮ ਦੇ ਸਾਹਦੇ ਵਿੱਚ ਕੋਆਰਡੀਨੇਸ਼ਨ ਨਹੀਂ ਹੈ ਜਾਂ ਜੇ ਉਹਨਾਂ ਕੋਲ ਪੈਸਾ ਹੀ ਹੈ ਨਹੀਂ ਉਹ ਕਿਹੜੇ ਲਾਲੀਪਾਪ ਬਣ ਰਹੇ ਆ ਦੇਖੋ ਤੁਹਾਨੂੰ ਇਸ ਗੱਲ ਦਾ ਪਤਾ ਇੱਕ ਪਾਸੇ ਤਾਂ ਉਹ ਲੈਟਰ ਜਾਰੀ ਕਰਦੇ ਆ ਵੀ ਕੰਮ ਰੋਕ ਦਿਓ ਸਾਡੇ ਕੋਲ ਕੁਝ ਨਹੀਂ ਦੂਜੇ ਪਾਸੇ ਸੀਐਮ ਸਾਹਿਬ ਕਹਿੰਦੇ ਵੀ ਇਹ ਤਾਂ ਐਵੇਂ ਬੋਲੀ ਜਾਂਦਾ ਬੋਲੀ ਜਾਂਦਾ ਕੰਮ ਦੱਸੋ ਕੀ ਕਰਾਉਣੇ ਇਹਦਾ ਮਤਲਬ ਕੋਆਰਡੀਨੇਸ਼ਨ ਹੈ ਨਹੀਂ ਜਾਂ ਉਹਨਾਂ ਦਾ ਬਜਟ ਹੈ ਅਲੱਗ-ਅਲੱਗ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ 2017 18 ਦੇ ਸਟਾਰਟਿੰਗ ਦੇ ਬਜਟ ਦੇ ਵਿੱਚ ਦੀ ਗੱਲ ਕਰਦੇ ਆ ਸੀਐਮ ਸਾਹਿਬ ਬਜਟ ਤੋਂ ਬੱਲੇ ਬਜਟ ਕਰਕੇ ਸੀ ਆਹ ਤੁਹਾਨੂੰ ਬਜਟ ਤੋਂ ਪਹਿਲਾਂ ਬਜਟ ਇਹ ਸਰਕਾਰ ਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਆ ਆਪਸ ਵਿੱਚ ਵੀ ਅਸੀਂ ਕੀ ਕਰਨਾ ਤੇ ਕਿੰਨਾ ਸਾਡਾ ਰਹਿੰਦਾ ਕੰਮ ਕਰਨ ਵਾਲਾ ਤੁਹਾਨੂੰ ਲੱਗਦਾ ਸਰਕਾਰ ਚੱਲ ਰਹੀ ਹੈ ਕਈ ਤਾਂ ਇਹ ਕਹਿੰਦੇ ਕਿ ਸਰਕਾਰ ਹੈ ਹੀ ਨਹੀਂ ਪੰਜਾਬ ਵਿੱਚ ਸਰਕਾਰ ਤਾਂ ਜੀ ਦੇਖੋ ਜੀ ਇਹਨਾਂ ਦੀ ਜਿਹੜੀ ਭਾਈ ਵਾਲਾ ਪਾਰਟੀ ਹੈ ਉਹ ਚਲਾ ਰਹੀ ਹੈ ਅਕਾਲੀ ਕਾਂਗਰਸ ਜਿਹੜੀ ਪਾਰਟੀ ਦੀ ਭਾਈ ਵਾਲਾ ਉਹ ਚਲਾ ਰਹੀ ਹੈ ਸਰਕਾਰ ਸਿਰਫ ਆਪਾਂ ਕੈਪਟਨ ਸਾਹਿਬ ਨੇ ਵੱਡੇ ਵੱਡੇ ਲੋਕਾਂ ਨੂੰ ਲਾਰੇ ਲਾਏ ਲੈ ਮੈਂ ਕੇਬਲ ਮਾਫੀਆ ਅੰਦਰ ਕਰੂੰ ਮੈਂ ਟਰਾਂਸਪੋਰਟ ਮਾਫੀਆ ਅੰਦਰ ਕਰੂੰ ਮੈਂ ਸੈਂਡ ਮਾਫੀਆ ਅੰਦਰ ਕਰੂੰ ਮੈਂ ਬੱਸ ਮਾਫੀਆ ਜਿਹੜਾ ਵੀ ਸਾਰੇ ਮਾਫੀਆ ਦਿਨਾਂ ਚ 4 ਹਫ਼ਤੇ ਚ ਮੈਂ ਨਸ਼ਾ ਖਤਮ ਕਰ ਦੂੰਗਾ ਬੇਰਸ਼ਗਾਰੀ ਪੱਤਾ ਦੇ ਦੂੰਗਾ ਅੱਜ ਸਿਰਫ ਚੋਲੇ ਹੀ ਬਦਲੇ ਆ ਹੋਰ ਕੁਝ ਨਹੀਂ ਬਦਲੇ ਆ ਮੈਂ ਤੁਹਾਡੇ ਸਾਹਮਣੇ ਹੁਣੇ ਤੁਹਾਨੂੰ ਦੱਸ ਕੇ ਆਈ ਆ ਵੀ ਸੈਂਡ ਮਾਫੀਆ ਨਾਲ ਰਿਲੇਟਡ ਮੱਦੇਪੁਰ ਜਾ ਕੇ ਆਈ ਆ ਜਿੱਥੇ ਉਹਨਾਂ ਨੇ ਬੁਰੀ ਤਰ੍ਹਾਂ ਇੱਕ ਇਲੀਗਲ ਟੱਕ ਲਾ ਲਿਆ ਜਿੱਥੇ ਲੋਕਾਂ ਦੀ ਜਾਨ ਨੂੰ ਖਤਰਾ ਸਰਕਾਰਾਂ ਸਰਕਾਰ ਚੱਲ ਰਹੀ ਆ ਮੈਨੂੰ ਤਾਂ ਇਹ ਵੀ ਨਹੀਂ ਸਮਝ ਆ ਰਹੀ ਸੈਸ਼ਨ ਆ ਆ ਆਨੇ ਬਾਨੇ ਨਾਲ ਇੱਕ ਇੱਕ ਦਿਨ ਦਾ ਸੈਸ਼ਨ 2 2 3 3 4 4 ਘੰਟਿਆਂ ਦਾ ਸੈਸ਼ਨ ਬੁਲਾਉਂਦੇ ਆ ਇਹਦੇ ਵਿੱਚ ਪੰਜਾਬ ਦੇ ਮੁੱਦੇ ਮਾਲ ਹੁੰਦੇ ਆ ਮਸਲੇ ਜਿਹੜੇ ਛੱਡ ਗਏ ਤੁਹਾਨੂੰ ਹੁਣ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੋਗੇ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਸਾਰਿਆਂ ਲਈ ਸਦਾ ਖੁੱਲੇ ਆ ਜਿਹੜੇ ਗਏ ਆ ਪਹਿਲਾਂ ਵੀ ਤਾਲਮੇਲ ਕਮੇਟੀ ਦੀ ਚੇਅਰਪਰਸਨ ਮੈਂ ਹੀ ਸੀ ਹਮ ਅਸੀਂ ਕੋਸ਼ਿਸ਼ ਕੀਤੀ ਸੀ ਸਾਨੂੰ ਲੱਗਿਆ ਵੀ ਅਜੇ ਟਾਈਮ ਹੈ ਹੁਣ ਇੱਕ ਵਾਰੀ ਫੇਰ ਕੋਰ ਕਮੇਟੀ ਡਿਸੀਜਨ ਦੱਸੇ ਅਸੀਂ ਇਹਨੂੰ ਲੋਡ ਕਿਨੂੰ ਜ਼ਿਆਦਾ ਹੈ ਹੁਣ ਤੁਹਾਨੂੰ ਲੋੜ ਹੈ ਕਿਉਂਕਿ ਹੁਣ ਤਾਂ ਤੁਸੀਂ ਕਹਿ ਰਹੇ ਹੋ ਚੜਦਾ ਸੂਰਜ ਹੈ ਹੁਣ ਤਾਂ ਬਾਤਾਂ ਖਿਲੀਆਂ ਹੋਈਆਂ ਆ ਆਮ ਆਦਮੀ ਪਾਰਟੀ ਦੀਆਂ ਇਸ ਟਾਈਮ ਦੇਖੋ ਜੀ ਲੋਡ ਹਮੇਸ਼ਾ ਦੋਨਾਂ ਧਿਰਾਂ ਨੂੰ ਹੁੰਦੀ ਹੈ ਜੇ ਅਸੀਂ ਕਹੀਏ ਸਾਨੂੰ ਨਹੀਂ ਲੋੜ ਉਹਨਾਂ ਨੂੰ ਲੋੜ ਆ ਜਾਂ ਉਹਨਾਂ ਨੂੰ ਨਹੀਂ ਲੋੜ ਸਾਨੂੰ ਲੋੜ ਆ ਕੋਈ ਇੱਕ ਦੂਜੇ ਤੋਂ ਬਿਨਾ ਵੱਡਾ ਨਹੀਂ ਹੋ ਸਕਦਾ ਪਰ ਜੇ ਉਹਨਾਂ ਨੇ ਕੁਝ ਗਲਤੀ ਕੀਤੀ ਹੈ ਉਹ ਬੈਠ ਕੇ ਆ ਕੇ ਰਿਅਲਾਈਜ਼ ਕਰਨ ਆਉਂਦਾ ਤੇ ਅਸੀਂ ਕੰਮ ਇਕੱਠੇ ਕੰਮ ਕਰਨ ਨੂੰ ਤਿਆਰ ਸੁੱਚਾ ਸਿੰਘ ਛੋਟੇਪੁਰ ਵੀ ਆ ਸਕਦੇ ਆ ਸਾਰੇ ਆ ਸਕਦੇ ਆ ਜੀ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਲੋਕਾਂ ਲਈ ਲੜਨ ਵਾਲੇ ਲੋਕ ਸਾਰੇ ਆ ਸਕਦੇ ਆ ਅੱਜ ਤੱਕ ਪਾਰਟੀ ਨੇ ਉਹਨਾਂ ਤੇ ਜਿਹੜੇ ਦੋਸ਼ ਲਾਏ ਸੀ ਉਹ ਸਾਬਤ ਨਹੀਂ ਕਰ ਸਕੀ ਦੇਖੋ ਜੀ ਇਹ ਜਦੋਂ ਗੱਲ ਹੋਏਗੀ ਉਹਨਾਂ ਦੀ ਆਉਣ ਦੀ ਗੱਲ ਹੋਏਗੀ ਜਾਂ ਉਹਨਾਂ ਦੀ ਜਾਣ ਦੀ ਗੱਲ ਹੋਏਗੀ ਇੱਕ ਹੋਰ ਕਮੇਟੀ ਦੇ ਵਿੱਚ ਬੈਠ ਕੇ ਫੈਸਲਾ ਹੋਏਗਾ ਜਿਹੜਾ ਤੁਹਾਨੂੰ ਵੀ ਜਲਦੀ ਦੱਸ ਦਿੱਤਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਜਲਦੀ ਪਾਰਟੀ ਦੇ ਵਿੱਚ ਇੱਕਦਮ ਜਾਨ ਆਈ ਹੈ ਇਹ ਟੈਂਪਰੇਰੀ ਨਾ ਰਹੇ ਜੇ ਕਿਤੇ ਥੋੜੇ ਦਿਨੇ ਵੇਵ ਬਣੇ ਫਿਰ ਉਸ ਤੋਂ ਬਾਅਦ ਫਿਰ ਉਵੇਂ ਹੀ ਰਹੇ ਜੇ ਸਭ ਕੁਝ ਦੇਖੋ ਜੀ ਲੋਕਾਂ ਦਾ ਇਹ ਜਾਨ ਨਹੀਂ ਆਈ ਲੋਕਾਂ ਦਾ ਵਿਸ਼ਵਾਸ ਆਇਆ ਤੇ ਲੋਕਾਂ ਨੇ ਉਮੀਦ ਜਗਾਈ ਹੈ ਜਿਹੜੀ ਉਹਦੇ ਤੁਸੀਂ ਕਹਿੰਦੇ ਹੋ ਟੈਂਪਰੇਰੀ ਵੇਵ ਉਹ ਅਪ ਡਾਊਨ ਹੋ ਸਕਦੀ ਹੈ ਜਿਹੜੀ ਉਮੀਦ ਤੇ ਵਿਸ਼ਵਾਸ ਆ ਉਹ ਲੋਕਾਂ ਦਾ ਕਾਇਮ ਰਹਿੰਦਾ ਹੁੰਦਾ ਜ ਜਦੋਂ ਤੱਕ ਜਦ ਤੱਕ ਉਹਨਾਂ ਨੂੰ ਉਸ ਅਪਰਚੂਨਿਟੀ ਲੈਵਲ ਤੇ ਪਹੁੰਚਾਇਆ ਨਾ ਜਾਵੇ ਜੇ ਅੱਜ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹ ਦੋ ਤਰ੍ਹਾਂ ਨਾਲ ਹੋਈ ਹੈ ਪਹਿਲੀ ਇੱਕ ਪਾਰਟੀ ਤਾਂ ਕਹਿੰਦੀ ਸੀ ਕਿ ਤੁਸੀਂ ਸਾਨੂੰ ਕਿਸੇ ਤਰ੍ਹਾਂ ਵੀ ਅਸੀਂ ਤੁਹਾਨੂੰ ਧਰਮ ਦਵਾਂਗੇ ਹੂੰ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੇ ਸੀ ਉਹ ਧਰਮ ਤਾਂ ਜਦੋਂ ਬੰਦਾ ਬਾਈ ਬਰਥ ਜਿੱਥੇ ਜਿਸ ਜਗ੍ਹਾ ਤੇ ਬਰਥ ਲਿਆ ਹੁੰਦਾ ਉੱਥੇ ਧਰਮ ਤਾਂ ਉਹਨੂੰ ਉਸੇ ਟਾਈਮ ਮਿਲ ਜਾਂਦਾ ਹੂੰ ਉਹ ਥੋੜਾ ਮੰਨੇ ਉਹ ਬਹੁਤਾ ਮੰਨੇ ਉਹ ਪਬਲਿਕਲੀ ਮੰਨੇ ਉਹ ਅੰਦਰ ਮੰਨੇ ਉਹ ਬਾਤ ਦੀ ਗੱਲ ਹੈ ਇੱਕ ਧਰਮ ਉਹ ਜਿਹੜਾ ਪਿਛਲੀ ਸਰਕਾਰ ਨੇ ਸਿੱਖਾਂ ਦੇ ਨਾਲ ਬਰਗਾੜੀ ਤੇ ਬੇਅਦਬੀ ਦੇ ਮੁੱਦੇ ਨੂੰ ਲਿਆ ਕੇ ਖਲਵਾੜ ਕੀਤਾ ਉੱਥੇ ਇਮੋਸ਼ਨਲੀ ਅਟੈਕ ਵੀ ਹੋਇਆ ਉੱਥੇ ਤੁਹਾਡੇ ਇੰਟਰਨਲ ਅਟੈਕ ਵੀ ਹੋਇਆ ਤੇ ਆਮ ਆਦਮੀ ਪਾਰਟੀ ਨੇ ਉੱਥੇ ਇਹ ਕਿਹਾ ਵੀ ਧਰਮ ਨੂੰ ਚੱਲਣ ਤੇ ਸਹੀ ਰਾਹ ਇਹੀ ਹੈ ਕਿ ਲੋਕਾਂ ਦੇ ਲਈ ਕੰਮ ਕੀਤੇ ਜਾਣਾ ਲੋਕਾਂ ਨੂੰ ਕਿਹਾ ਕੇਜਰੀਵਾਲ ਤੇ ਦੋਸ਼ ਲੱਗੇ ਨਾ ਜਦੋਂ ਮੋਗੇ ਉਹ ਰਾਤ ਰਹਿੰਦੇ ਆ ਕਿ ਤਾਂ ਕਿਹਾ ਗਿਆ ਕਿ ਖਾਲਸਤਾਨੀਆਂ ਨੂੰ ਸਪੋਰਟ ਕਰਦੇ ਕੀ ਉਹ ਇੱਕ ਵੱਡਾ ਰੀਜ਼ਨ ਨਹੀਂ ਸੀ ਪੰਜਾਬ ਦੇ ਵਿੱਚ ਪਿਛੇ ਹੋਣ ਦੇ ਦੇਖੋ ਜੀ ਖਾਲਸਤਾਨੀ ਤਾਂ ਉਹਨਾਂ ਨੂੰ ਅਤੰਕਵਾਦੀ ਖਾਲਸਤਾਨੀ ਜਾਂ ਅਤੰਕਵਾਦੀ ਤਾਂ ਭਾਜਪਾ ਨੇ ਉੱਥੇ ਵੀ ਕਹਤਾ ਇੱਕ ਕੁਆਲੀਫਾਈਡ ਬੰਦਾ ਕਿ ਤੁਹਾਨੂੰ ਲੱਗਦਾ ਕਿ ਉਹ ਇੱਕ ਵੱਡੀ ਗਲਤੀ ਸੀਗੀ ਦੇਖੋ ਜੀ ਗਲਤੀ ਨੇ ਮੈਂ ਮੈਂ ਇਸ ਗੱਲ ਤੇ ਗੱਲ ਹੁਣ ਜਿਹੜੀ ਹੁਣ ਜਿਹੜੀ ਅਤੰਕਵਾਦੀ ਕਹਿੰਦੇ ਉਹ ਕਿਹਦੀ ਗਲਤੀ ਕਹੀਏ ਜਿਹੜੇ ਕਹਿੰਦੇ ਵੀ ਕੇਦੀਵਾਲ ਤਾਂ ਹੈ ਹੀ ਪੂਰਾ ਅਤੰਕਵਾਦੀ ਆ ਉਹਦੇ ਉਸ ਤੋਂ ਕੀ ਦੀ ਗਲਤੀ ਕਹੀਏ ਇਹ ਇਹਨਾਂ ਨੇ ਮੀਡੀਆ ਖਰੀਦਿਆ ਉਹਨਾਂ ਇਹਨਾਂ ਦੀਆਂ ਗੱਲਾਂ ਹੁੰਦੀਆਂ ਜਿਵੇਂ ਵੀ ਚਲਦੀਆਂ ਰਹਿੰਦੀਆਂ ਉਹਦੇ ਨਾਲ ਇਹ ਚੱਲਦਾ ਰਹਿੰਦਾ ਸੈਂਡ ਡਾਊਨ ਕੋਈ ਗੱਲ ਨਹੀਂ ਹੁਣ ਐ ਸੋਸ਼ਲ ਮੀਡੀਆ ਖਰੀਦਿਆ ਨਹੀਂ ਜਾਂਦਾ ਸੋਸ਼ਲ ਮੀਡੀਆ ਤੇ ਵੇਵ ਚੱਲੀ ਇਹ ਸੋਸ਼ਲ ਮੀਡੀਆ ਨੇ ਕਿਹਾ ਸਾਰਾ ਕੁਝ ਵੀ ਤੁਹਾਨੂੰ ਮਕਰ ਸਾਹਿਬ ਤੁਹਾਨੂੰ ਪਤਾ ਵੇ ਕਿਹੜੀ ਵੇਵ ਕਿੱਧਰ ਨੂੰ ਕਿਵੇਂ ਚਲਾ ਦਿੰਦੇ ਆ ਇਹ ਇਹ ਤੁਹਾਨੂੰ ਸਾਰਾ ਪਤਾ ਪਥਨ ਨਹੀਂ ਪਤਾ ਕਿ ਉਹ ਜਿਹੜੀ ਥੋੜੀ 100 ਸੀਟਾਂ ਵਾਲੀ ਵੇਵ ਵੀ ਚੱਲੀ ਸੀ ਕਿ 100 ਸੀਟਾਂ ਰਹੀ ਉਹ ਵੀ ਇੱਕ ਵੇਵ ਸੀਗੀ ਤੇ ਅਸੀਂ ਦਿੱਲੀ ਦੇ ਵਿੱਚ 68 ਸੀਟਾਂ ਦੀ ਵੇਵ 68 ਸੀਟਾਂ ਦੀ ਚਲਾਈ ਸੀ ਸੱਤ ਤੋਂ ਪਾਰ ਦੀ ਉਹ ਵੀ ਪਥਨ ਨਹੀਂ ਲੱਗਦਾ ਕਿ ਇਹ ਪੰਜਾਬ ਦੇ ਵਿੱਚ ਇਹ ਇੰਟਰੋਸਪੈਕਟ ਕਰਨ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਤੇ ਸਰਕਾਰਾਂ ਨਹੀਂ ਬਣਦੀਆਂ ਬਿਲਕੁਲ ਜੀ ਮੈਂ ਤਾਂ ਇਹ ਗੱਲ ਕਹਿਣੀ ਹੈ ਕਦੇ ਵੀ ਨਹੀਂ ਬਣਦੀ ਸੋਸ਼ਲ ਮੀਡੀਆ ਤੇ ਸਰਕਾਰ ਪਰ ਸੋਸ਼ਲ ਮੀਡੀਆ ਲੋਕਾਂ ਨੂੰ ਇਮੋਸ਼ਨਲੀ ਗਮਰਾਹ ਤਾਂ ਕਰ ਸਕਦਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਤਾਂ ਬਣਾਤੀ ਸੀ ਉਹ ਤਾਂ ਜਦੋਂ ਵੀ ਮਿਲਦੇ ਸੀ ਕਹਿੰਦੇ ਸੀ ਕਿ ਆ ਲਿਸਟਾਂ ਆ ਗਈਆਂ ਇੱਥੋਂ ਇੱਥੋਂ ਅਸੀਂ ਜਿੱਤ ਗਏ ਆ ਨਹੀਂ ਚਲੋ ਜਿੱਤ ਵੀ ਰਹੇ ਸੀ ਠੀਕ ਹੈ ਸਾਨੂੰ ਉਸ ਟਾਈਮ ਇੰਨੀ ਸਮਝ ਨਹੀਂ ਸੀ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਚਲਾਉਣਾ ਜਾਂ ਕਿਵੇਂ ਕੁਝ ਕਰਨਾ ਹੁਣ ਸਾਨੂੰ ਪਤਾ ਵੀ ਸਾਡੇ ਵਿਰੋਧੀ ਕਿਧਰੋਂ ਕਿਧਰੋਂ ਵਿਚਾਰਾ ਸਿੱਟਣਗੇ ਸਾਨੂੰ ਉਹਨਾਂ ਨੂੰ ਸੰਭਾਲਣਾ ਆਉਂਦਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਫੇਰ ਆਉਣਗੇ ਪੰਜਾਬ ਦੇ ਵਿੱਚ ਦੇਖੋ ਜੀ ਪਾਰਟੀ ਅਰਵਿੰਦ ਕੇਜੀ ਵਾਲਜੀ ਦੀ ਪਾਰਟੀ ਹੈ ਜਿਹਦੀ ਉਹ ਇੱਕ ਟੀਮ ਹੈ ਇਹ ਮਾ ਇਧਰ ਉਧਰ ਡਿਸੀਜਨ 메ਕਿੰਗ ਟੀਮ ਦੇ ਹਮੇਸ਼ਾ ਹੀ ਡਿਸਿਸ਼ਨ ਦੇਣਾ ਹੁੰਦਾ ਤੇ ਲੈਣਾ ਹੁੰਦਾ ਉਹਦੇ ਵਿੱਚ ਬੇਸ਼ੱਕ ਸੰਜੇ ਸਿੰਘ ਜੀ ਹੁਣ ਦੁਰਗੇਸ਼ ਪਾਟਕ ਹੁਣ ਮਨੀਸ਼ ਚੋਧੜਿਆ ਜੀ ਹੁਣ ਪੰਜਾਬ ਦੇ ਇਨਚਾਰਜ ਮਨੀਸ਼ ਚੋਧੜਿਆ ਜੀ ਆ ਉਹ ਦੇਖਣਗੇ ਵੀ ਉਹਨਾਂ ਨੂੰ ਕਿਹੜੀ ਟੀਮ ਦੀ ਜ਼ਰੂਰਤ ਹੈ ਕਰਨੀ ਤੁਸੀਂ ਖੈਰਾਸਾ ਵਾਲੀ ਖੁਦਮੁਖਤਿਆਰੀ ਨਹੀਂ ਮੰਗਦੇ ਦੇਖੋ ਜੀ ਖੁਦਮੁਖਤਿਆਰੀ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਖੁਦਮੁਖਤਿਆਰੀ ਪਹਿਲਾਂ ਹੀ ਦਿੱਤੀ ਹੋਈ ਹੈ ਕਿਉਂਕਿ ਅੱਜ ਤੱਕ ਤੁਸੀਂ ਖੈਰਾ ਸਾਹਿਬ ਨੂੰ ਮਿਲਦੇ ਰਹਿੰਨੇ ਆ ਪੁੱਛ ਲਿਓ ਵੀ ਵਿਧਾਨ ਸਭਾ ਦਾ ਕਿਹੜਾ ਮੁੱਦਾ ਤੁਸੀਂ ਚੱਕਿਆ ਜਿਹਨੂੰ ਪਾਰਟੀ ਨੇ ਰਿਜੈਕਟ ਕੀਤਾ ਜਾਂ ਤੁਸੀਂ ਕਿਹੜਾ ਐਜੀਟੇਸ਼ਨ ਚੱਕਿਆ ਪਾਰਟੀ ਨੇ ਰਿਜੈਕਟ ਕੀਤਾ ਤੁਸੀਂ ਕਿਹੜਾ ਉਧੇਦਾਰ ਲਾਇਆ ਜਿਹੜਾ ਦਿੱਲੀ ਵਾਲਿਆਂ ਨੇ ਦੱਸਿਆ ਤੁਸੀਂ ਕਿਹੜੀ ਐਮਪੀ ਦੀ ਟਿਕਟ ਦਿੱਤੀ ਦਿੱਲੀ ਵਾਲਿਆਂ ਦੀ ਸਲਾਹ ਨਾਲ ਤੁਸੀਂ ਕਿਹੜੀ ਐਮਸੀ ਦੀ ਟਿਕਟ ਦਿੱਲੀ ਵਾਲੇ ਦੀ ਸਲਾਹ ਫਿਰ ਕਹੇ ਜੀ ਕੁੱਤ ਮੁਖਤਿਆਰੀ ਚਾਹੀਦੀ ਹੈ ਇਹ ਤਾਂ ਦੱਸਣ ਸਾਨੂੰ ਪਹਿਲਾਂ ਇਹ ਹੈ ਕਿ ਜੇ ਪਾਰਟੀ ਕਿਸੇ ਨੂੰ ਵੀ ਪੰਜਾਬ ਦਾ ਇੰਚਾਰਜ ਲਾ ਕੇ ਭੇਜਦੇ ਨਾਉਨ ਪੰਜਾਬੀ ਨੂੰ ਵੀ ਤਾਂ ਇਹਦੇ ਵਿੱਚ ਤੁਸੀਂ ਕਹਿੰਨੇ ਕਾਂਗਰਸ ਦਾ ਵੀ ਤਾਂ ਹੈ ਆਸ਼ਾ ਕੁਮਾਰੀ ਨੂੰ ਲਾਇਆ ਹੋਇਆ ਤਾਂ ਇਹ ਵੀ ਇੱਕ ਤਰਕ ਹੈ ਕਿ ਕਾਂਗਰਸ ਵੀ ਤਾਂ ਲਾ ਦਿੰਦੀ ਕਾਂਗਰਸ ਵੀ ਤਾਂ ਦਿੱਲੀ ਤੋਂ ਚਲਦੀ ਆਈ ਹੈ ਦੇਖੋ ਜੀ ਪਾਰਟੀਆਂ ਦੋਨੇ ਤਿੰਨੇ ਦਿੱਲੀ ਤੋਂ ਚਲਦੀਆਂ ਬੀਜੇਪੀ ਵੀ ਦਿੱਲੀ ਤੋਂ ਚਲਦੀ ਹੈ ਕਾਂਗਰਸ ਵੀ ਦਿੱਲੀ ਤੋਂ ਚਲਦੀ ਹੈ ਤੇ ਅਕਾਲੀ ਸਰਕਾਰ ਜਿਹੜੀ ਅਕਾਲੀ ਪਾਰਟੀ ਇੱਥੇ ਹੈ ਉਹਦੀ ਡਾਇਰੈਕਸ਼ਨ ਵੀ ਦਿੱਲੀੋਂ ਹੀ ਆਉਂਦੀ ਹੈ ਤੇ ਜਿਹੜੀ ਆ ਪਾਰਟੀ ਆਪਣੀ ਆਮ ਆਦਮੀ ਪਾਰਟੀ ਹੈ ਤਾਂ ਚੱਲੀ ਦਿੱਲੀ ਤੋਂ ਜਿੱਥੇ ਖੈਰਾ ਸਾਹਿਬ ਨੇ ਵੀ ਦਿੱਲੀ ਜਾ ਕੇ ਜੁਆਇਨ ਕੀਤੀ ਸੀ ਸਭ ਨੂੰ ਪਤਾ ਹੈ ਦਿੱਲੀ ਤੁਸੀਂ ਨਹੀਂ ਮੰਨਦੇ ਕਿ ਸੰਜੇਤ ਸਿੰਘ ਜਾਂ ਦੁਰਗੇਸ਼ ਦੇ ਕਰਕੇ ਕੋਈ ਫਰਕ ਪਿਆ ਪੰਜਾਬ 'ਚ ਦੇਖੋ ਜੀ 1% ਦੇ ਕਰਕੇ ਫਰਕ ਨਹੀਂ ਪੈ ਸਕਦਾ ਮੈਂ ਇੱਕ ਗੱਲ ਜ਼ਰੂਰ ਕਹਿਣੀ ਆ ਪਾਰਟੀ ਜਿਹੜੀ ਵੀ ਆ ਪਾਰਟੀ ਤੇ ਜਿਹੜੀ ਡਿਸੀਜਨ 메ਕਿੰਗ ਟੀਮ ਆ ਇਹ ਇਹ ਪਾਰਟੀ ਦਾ ਉੱਥੇ ਵੀ ਪਾਰਟਾ ਦਿੱਲੀ ਜਿੱਤ ਗਈ ਆਪਾਂ ਤੁਹਾਡੀ ਸੁਣਵਾਈ ਹੁੰਦੀ ਆ ਜਦੋਂ ਜਾਂਨੇ ਬਿਲਕੁਲ ਜੀ ਕਦੇ ਵੀ ਨਹੀਂ ਹੋਇਆ ਅੱਜ ਤੱਕ ਜੇ ਮੈਂ ਅਰਵਿੰਦ ਜੀ ਨੂੰ ਮਿਲਣਾ ਚਾਹਾਂ ਜਾਂ ਮਨੀਸ਼ ਜੀ ਨੂੰ ਮਿਲਣਾ ਚਾਹਾਂ ਜਾਂ ਕਿਸੇ ਵੀ ਲੀਡਰ ਨੂੰ ਮਿਲਣਾ ਚਾਹਾਂ ਸਾਨੂੰ ਟਾਈਮ ਵੀ ਲੈਣਾ ਪਿਆ ਮੈਨੂੰ ਕੀ ਦਿੱਲੀ ਦੇ ਲੋਕ ਕੰਪਲੇਨਟ ਚ ਬੋਲ ਰਹੇ ਸੀ ਬਿਸਾਨ ਦਿੱਲੀ ਦਰਬਾਰ ਦੇ ਵਿੱਚ ਜਦੋਂ ਵੀ ਅਰਵਿੰਦ ਜੀ ਬੈਠਦੇ ਆ ਅਸੀਂ ਲੋਕ ਆਪਣਾ ਕੰਮ ਕਰਕੇ ਜਾਂਦੇ ਆ ਲੈ ਕੇ ਜਾਂਦੇ ਆ ਅਸੀਂ ਕੰਪਲੇਨ ਕੀਤੀ ਡੋਰ ਟੂ ਡੋਰ ਕੀਤਾ ਅਸੀਂ ਲੋਕ ਆਪਣਾ ਕੰਮ ਕਰਕੇ ਲੈ ਕੇ ਜਾਂਦੇ ਆ ਉੱਥੇ ਕੰਮ ਦੇ ਨਾਲ ਸਾਡੇ ਘਰ ਆਉਣ ਤੱਕ ਉਹ ਬੰਦਾ ਅਫਸਰ ਖੜਾ ਹੁੰਦਾ ਕੰਮ ਕਰਨ ਦੇ ਲਈ ਭਗਵੰਤ ਮਾਨ ਨੇ ਸੌ ਚੱਕੀ ਆਪਣੀ ਮਾਤਾ ਦੀ ਚੋਣਾਂ ਤੋਂ ਪਹਿਲਾਂ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ ਪਾਰਲੀਮੈਂਟ ਵਿੱਚ ਦਿੱਲੀ ਦੇ ਸੰਸਦ ਉਹਨਾਂ ਦਾ ਮੂੰਹ ਸੰਘ ਦੇ ਫਿਰਦੇ ਸੀ ਤੇ ਫਿਰ ਸੰਘ ਕੇ ਉਹਨਾਂ ਨੇ ਕੀ ਦੇਖ ਲਿਆ ਜਦ ਤੱਕ ਕਹਿ ਦਿੰਦੇ ਭਗਵੰਤ ਨੇ ਸ਼ਰਾਬ ਪੀਤੀ ਹੈ ਨਾਲ ਉਹ ਡੋਪ ਟੈਸਟ ਵੀ ਕਰਾ ਲੈਂਦੇ ਉਹਦਾ ਅਮੇ ਸੁੰਗਦੇ ਫਿਰਦੇ ਆ ਭਗਵੰਤਬਾਨ ਨੂੰ ਉਹਨਾਂ ਨੂੰ ਕਹੋ ਆਪਦੇ ਲੈਟਰਾਂ ਨੂੰ ਸੁੰਗਣ ਜਿਹੜੇ ਬੈਠੇ ਬੈਠੇ ਮੀਟਿੰਗਾਂ ਦੇ ਵਿੱਚ ਚਤਰੋ ਚਤਰੀ ਹੋ ਜਾਂਦੇ ਆ ਉਹਨਾਂ ਤਾਂ ਕਿਹਾ ਵੀ ਮੈਂ ਤਾਂ ਓਪਨ ਖੜਾ ਮੈਨਾਂ ਆ ਕੇ ਮੈਨੂੰ ਸੁੰਗੋ ਸੁੰਗ ਕੇ ਤਾਂ ਜਾਂ ਤਾਂ ਉਸੇ ਟਾਈਮ ਪਾਰਲੀਮੈਂਟ ਬੰਦ ਕਰਾਉਂਦੇ ਬੰਦ ਕਰਾ ਕੇ ਪਾਰਲੀਮੈਂਟ ਨੂੰ ਇਹ ਕਹਿੰਦੇ ਵੀ ਇਹਨੇ ਸ਼ਰਾਬ ਪੀਤੀ ਹੋਈ ਆਣਾ ਹੁਣੇ ਡੋਪ ਟੈਸਟ ਕਰੋ ਤਾਂ ਫਿਰ ਤਾਂ ਆਪਾਂ ਮੰਨਦੇ ਵੀ ਭਗਵੰਤ ਮਾਨ ਤੇ ਤਾਂ ਇੱਕ ਹੋਇਆ ਇਹ ਸ਼ਰਾਬੀ ਹੈ ਇਹ ਸ਼ਰਾਬੀ ਉਹਨੇ ਕਿਸੇ ਨਾਲ ਚਿੱਟਾ ਵੇਚ ਕੇ ਕਿਸਦਾ ਖੂਨ ਤਾਂ ਨਹੀਂ ਪੀ ਲਿਆ ਉਹਨੇ ਰੇਤਾ ਵੇਚ ਕੇ ਕਿਸੇ ਦੀ ਆਪਣੀ ਬਿਲਡਿੰਗ ਤਾਂ ਨਹੀਂ ਖੜੀ ਕਰ ਲਈ ਤੁਹਾਡੀ ਗੱਲ ਹੁੰਦੀ ਹੈ ਇਹਦੇ ਬਾਰੇ ਕਦੇ ਭਗਵੰਤ ਨਾਲ ਚर्चा ਹੋਈ ਹੈ ਕਿ ਇੰਨਾ ਵੱਡਾ ਦੋਸ਼ ਜੇ ਤੁਹਾਡੇ ਤੇ ਲੱਗ ਜਾ ਕਿਉਂਕਿ ਹੁਣ ਵੀ ਰੀਸੈਂਟਲੀ ਵੀ ਦੋ ਚਾਰ ਵਾਰੀ ਹੋਇਆ ਕਿ ਸਾਰਿਆਂ ਨੇ ਕਿਹਾ ਕਿ ਨਹੀਂ ਭਗਵੰਤ ਮਾਨ ਸ਼ਹਿਰ ਸ਼ਰਾਬੀ ਕੇ ਆਏ ਹੈ ਸੌਖਾਂ ਤੋਂ ਬਾਅਦ ਵੀ ਦੇਖੋ ਜੀ ਮੈਨੂੰ ਭਗਵੰਤ ਮਾਨ ਮੇਰਾ ਭਰਾ ਅੱਛਾ ਲੀਡਰ ਹੈ ਪਾਰਟੀ ਦਾ ਬਹੁਤ ਅੱਛਾ ਵਰਕਰ ਹੈ ਤੇ ਪੰਜਾਬ ਦਾ ਸੱਚਾ ਤਾਸ਼ੀ ਮੈਂ ਉਹਨੂੰ ਕਹੂੰਗੀ ਠੀਕ ਹੈ ਇਹ ਜੀ ਉਹਨੇ ਮੈਂ ਤਾਂ ਕਦੇ ਨਹੀਂ ਸਾਡੇ ਤੱਕ ਲੱਗਿਆ ਵੀ ਉਹਨੇ ਕਦੇ ਸ਼ਰਾਬ ਪੀਤੀ ਹੈ ਕਿਉਂਕਿ ਅਸੀਂ ਅਕਸਰ ਮੀਟਿੰਗਸ ਦੇ ਵਿੱਚ ਇਕੱਠੇ ਹੁੰਦੇ ਹਾਂ ਪਰ ਸਾਨੂੰ ਮੈਨੂੰ ਤਾਂ ਅਜੇ ਤੱਕ ਨਹੀਂ ਲੱਗਿਆ ਪਰ ਲੋਕ ਜਿਹੜੇ ਉਹਨਾਂ ਨੂੰ ਕਹਿੰਦੇ ਆ ਵੀ ਇਹਨੇ ਸ਼ਰਾਬ ਪੀਤੀ ਹੋਈ ਐ ਇਹਨੇ ਸ਼ਰਾਬ ਪੀਤੀ ਹੋਈ ਆ ਮੈਂ ਉਹਨਾਂ ਨੂੰ ਕਹਿੰਨੀ ਆ ਉਹਦਾ ਜਿੱਥੇ ਤੁਹਾਨੂੰ ਲੱਗੇ ਉਹਦੀ ਸ਼ਰਾਬ ਪੀਤੀ ਐ ਉੱਥੇ ਉਹਨੂੰ ਚੈੱਕ ਕਰਾ ਲਓ ਐਵੇਂ ਦੀ ਫालतू ਦੀਆਂ ਭਵਾਨ ਆਪ ਲੋਕ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਜਾਂ ਭਗਵੰਤ ਮਾਨ ਤੁਹਾਡਾ ਚਿਹਰਾ ਹੋਣਗੇ ਪੰਜਾਬ ਦੇ ਵਿੱਚ ਦੇਖੋ ਜੀ ਪਾਰਟੀ ਨੇ ਲੀਡਰ ਪਰ सीएम ਹਮੇਸ਼ਾ ਪਹਿਲਾਂ ਹੀ ਅਨਾਉਂਸ ਕਰ ਦੇਣਾ ਤੁਹਾਨੂੰ ਨਹੀਂ ਲੱਗਦਾ ਗਲਤੀ ਸੀ ਪਿਛਲੀ ਵਾਰੀ ਜੇ ਸੈ ਚਿਹਰਾ ਦਿੱਤਾ ਹੁੰਦਾ ਤੇ ਕਾਣ ਹੀ ਹੋਰ ਹੋਣੀ ਸੀ ਕੋਈ ਇਹ ਸਾਡੀ ਗਲਤੀ ਰਹੀ ਹੈ ਕਿ ਅਸੀਂ ਪਿਛਲੀ ਵਾਰ ਚਿਹਰਾ ਜਲਦੀ ਦੇਣਾ ਸੀ ਇਸ ਵਾਰ ਅਸੀਂ ਉਹ ਗਲਤੀ ਕਦੇ ਰਿਪੀਟ ਕਰਾਂਗੇ ਇਸ ਕਰ ਜਲਦੀ ਦਵਾਂਗੇ ਦੇਵੋਗੇ ਚਿਹਰਾ ਪੱਕਾ ਜੀ ਪੱਕਾ ਪਰ ਇਹ ਸਸੋ ਪੈਈ ਨਾ ਹੋ ਜਾਏ ਕਿਤੇ ਕਿਹਨੂੰ ਚਿਹਰਾ ਬਣਾਜੋ ਫਿਰ ਉਹੀ ਲੜਾਈ ਉੱਥੇ ਨਾਲ ਖੜੇ ਤੁਹਾਡੀ ਨਹੀਂ ਜੀ ਨਹੀਂ ਇਸ ਵਾਰ ਤਾਂ ਪਾਰਟੀ ਡਿਸਾਈਡ ਕਰ ਚੁੱਕੀ ਹੈ ਵੀ 22 ਚ ਸਰਕਾਰ ਤੇ ਜੇ ਪਾਰਟੀ ਡਿਸਾਈਡ ਕਰਦੀ ਵੀ ਸਰਵਜੀਤ ਕਰਮਾਣੂ ਕੇ ਸਾਡਾ ਚਿਹਰਾ ਹੋਣਗੇ ਮੁੱਖ ਮੰਤਰੀ ਦਾ ਦੇਖੋ ਜੀ ਪਾਰਟੀ ਦਾ ਕਿਹਾ ਸਿਰ ਮੱਥੇ ਪਰ ਮੈਨੂੰ ਲੱਗਦਾ ਵੀ ਜਿਹੜੇ ਲੀਡਰ ਅੱਗੇ ਆਉਣਾ ਚਾਹੁੰਦੇ ਆ ਮੈਂ ਉਹਨਾਂ ਦੇ ਨਾਲ ਚੱਲਾਂਗੀ ਤੇ ਕੰਮ ਕਰਾਂਗੀ ਪਰ ਜਿਹੜੀ ਪਾਰਟੀ ਮੈਨੂੰ ਡਿਊਟੀ ਦੇਗੀ ਮੈਂ ਉਸ ਤੋਂ ਕਦੇ ਨਹੀਂ ਪਛਾਂਗੀ ਸੀਐਮ ਦੀ ਡਿਊਟੀ ਜੇ ਦੇ ਦਿੰਦੀ ਹੈ ਤਾਂ ਦੇਖੋ ਜੀ ਪਾਰਟੀ ਜੇ ਮੈਨੂੰ ਡਿਊਟੀ ਦੇਗੀ ਤਾਂ ਮੈਂ ਕਦੇ ਨਹੀਂ ਪਛਾਂਗੀ ਪਰ ਪਾਰਟੀ ਦੇ ਹਿੱਤ ਲਈ ਜਿਹੜਾ ਵੀ ਕੰਮ ਮੇਰੇ ਤੋਂ ਕਰਾਉਣਗੇ ਐਸਾ ਵਰਕਰ ਵੀ ਕਰਾਉਣਗੇ ਮੈਂ ਉਹ ਵੀ ਕਰਾਂਗੀ ਤੁਹਾਨੂੰ ਬੈਸਟ ਚਿਹਰਾ ਕਿਹੜਾ ਲੱਗਦਾ ਕੀ ਤੁਸੀਂ ਆਪ ਦੇ ਆਪ ਨੂੰ ਸਮਝਦੇ ਹੋ ਜਾਂ ਕੋਈ ਹੋਰ ਚਿਹਰਾ ਬੈਸਟ ਲੱਗਦਾ ਤੁਹਾਨੂੰ ਮੈਨੂੰ ਵੈਸੇ ਬੈਸਟੇਰਾ ਭਗਵੰਤ ਮਾਨ ਜੀ ਲੱਗਦੇ ਆ ਸਾਡੇ ਸਾਡੇ ਲੀਡਰ ਬੈਸਟੇਰ ਆ ਜਿਹੜੇ ਸੈਂਤੀ ਹੋ ਜੂਗੀ ਉਹਨਾਂ ਦੇ ਨਾਂ ਤੇ 100% ਸਹਿਮਤ ਪੈਸੇ ਆਲੇ 2 अर्ली ਹੈ ਬਹੁਤ ਜਲਦੀ ਹੈ ਪਰ ਕਿਉਂਕਿ ਹੁਣ ਪਖਿਆ ਹੋਇਆ ਸਾਰੇ ਸੋਚ ਰਹੇ ਆ ਉਹਦੇ ਬਾਰੇ ਤਾਂ ਇਹ ਸਵਾਲ ਆ ਰਹੇ ਮੇਰੇ ਜੀ ਨਹੀਂ ਜੀ ਨਹੀਂ ਭਗਵੰਤ ਮਾਨ ਜੀ ਬਹੁਤ ਅੱਛੇ ਆ ਪੰਜਾਬ ਦੇ ਹਿੱਤ ਲਈ ਕੰਮ ਕਰਦੇ ਆ ਬਾਕੀ ਭਗਵੰਤ ਮਾਨ ਜੀ ਸਾਡੇ ਪ੍ਰਧਾਨ ਜੀ ਆ ਪ੍ਰਧਾਨ ਜੀ ਜੀ ਨੂੰ ਬੈਠ ਕੇ ਥਾਪੀ ਦੇ ਦੇਣਗੇ ਉਹ ਤੁਰਪੇਗਾ ਕੋਈ ਚੱਕਰ ਨਹੀਂ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਪੰਜਾਬ ਦੇ ਜੋ ਸਿਆਸੀ ਹਾਲਾਤ ਬਣਨੇ ਨੇ ਉਹਦੇ ਚ ਹਾਲੇ ਸਮਾ ਬਹੁਤ ਛੇਤੀ ਪਛਦਾ ਹੈ ਸਮਾ ਬਹੁਤ ਜਲਦੀ ਨਿਕਲਦਾ ਹੈ ਪੰਜਾਬ ਚ 17 ਦੀ ਚੋਣ ਚ ਵੀ 15 ਦੇ ਵਿੱਚ ਆਮ ਆਦਮੀ ਪਾਰਟੀ ਐਕਟਿਵ ਹੋਈ 16 ਮਿੰਡ ਚ ਤਾਂ ਐਸੀ ਵੇਵ ਬਣੀ ਸੀ ਕਿ ਸੌ ਸੀਟਾਂ ਦੀ ਗੱਲ ਕਰਦੇ ਸੀ ਪਰ ਹੁਣ ਫਿਰ ਦਿੱਲੀ ਦੀ ਜਿੱਤ ਤੋਂ ਬਾਅਦ ਦੁਬਾਰਾ ਆਮ ਆਦਮੀ ਪਾਰਟੀ ਪੋਜ਼ਿਟਿਵ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੀਡਰਸ ਛੱਡ ਕੇ ਗਏ ਸੀ ਉਹ ਵੀ ਚਰਚਾ ਕਰਨ ਲੱਗੇ ਹੈ ਕਿ ਜੇ ਕਿਤੇ ਹੋਰ ਕੁਝ ਨਹੀਂ ਬਣਿਆ ਤਾਂ ਚਲੋ ਘਰ ਨੂੰ ਵਾਪਸ ਆ ਜੀਏ ਫਿਲਹਾਲ ਇਸ ਸਪੈਸ਼ਲ ਚੈਨ ਲਈ ਸ਼ੁਕਰੀਆ ਧੰਨਵਾਦ